ਸਾਬਕਾ ਡੀਜੀਪੀ ਸੁਮੇਦ ਸਿੰਘ ਸੈਣੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਸਿਟੀ ਸੈਂਟਰ ਲੁਧਿਆਣਾ ਮਾਮਲੇ 'ਚ ਉਹਨਾਂ ਵੱਲੋਂ ਵਿਜੀਲੈਂਸ ਦੀ ক্লোਜ਼ਰ ਰਿਪੋਰਟ ਦੇ ਖਿਲਾਫ ਦਾਇਰ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ। ਲੁਧਿਆਣਾ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ। ਤੁਹਾਨੂੰ ਦੱਸ ਦੇਈਏ ਕਿ ਸਾਬਕਾ ਡੀਜੀਪੀ ਨੇ ਇਸ ਕੇਸ ਵਿੱਚ ਅਦਾਲਤ 'ਚ ਅਰਜ਼ੀ ਉਹਨਾਂ ਦਾ ਪੱਖ ਸੁਣਨ ਦੀ ਗੁਹਾਰ ਲਈ ਲਗਾਈ ਸੀ ਅਤੇ ਕਿਹਾ ਸੀ ਕਿ ਇਸ ਮਾਮਲੇ ਵਿੱਚ ਕੁਝ ਅਹਿਮ ਦਸਤਾਵੇਜ਼ ਅਦਾਲਤ ਦੇ ਸਾਹਮਣੇ ਰੱਖਣਾ ਚਾਹੁੰਦੇ ਹਨ। ਪਰ ਸਰਕਾਰੀ ਪੱਖ ਤੋਂ ਰਵਿਕੁਮਾਰ ਵੈਲੂ ਅਦਾਲਤ ਵਿੱਚ ਬੈਸ ਕਰਕੇ ਸਾਬਕਾ ਡੀਜੀਪੀ ਦੀ ਅਰਜ਼ੀ ਤੇ ਕੜਾ ਇਤਰਾਜ਼ ਜਤਾਇਆ ਗਿਆ ਸੀ ਆਮ ਐਪਲੀਕੇਸ਼ਨ ਸੀ ਸਾਡੀ ਉਹ ਅਨੋਰੇਬਲ ਕੋਰਟ ਨੇ ਡਿਸਮਿਸ ਕੀਤੀ ਹੈ ਜੀ ਐਂਡ ਮੂਵਿੰਗ ਟੂ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਤੇ ਨੈਕਸਟ ਡੇਟ 28 ਤਿੰਨ ਅਸਰੇ ਦੇ ਚ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਜੀ ਸਾਡੀ ਉਹਨਾਂ ਨੇ ਐਪਲੀਕੇਸ਼ਨ ਡਿਸਮਿਸ ਕੀਤੀ ਹੈ ਤੇ ਉਹਦੇ ਅਗੇਂਸਟ ਅਸੀਂ ਹੁਣ ਹਾਈ ਕੋਰਟ ਅਪਰੋਚ ਕਰਾਂਗੇ ਆਨਰੇਬਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉੱਥੇ ਅਸੀਂ ਅਪਰੋਚ ਕਰਾਂਗੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਮਐਲਏ ਸਿਮਰਜੀਤ ਸਿੰਘ ਬੈਂਸ ਅਤੇ ਸਾਬਕਾ ਐਸਐਸਪੀ ਵਿਜੀਲੈਂਸ ਦੀ ਅਰਜ਼ੀਆਂ ਵੀ ਮਾਨਯੋਗ ਅਦਾਲਤ ਵੱਲੋਂ ਰੱਦ ਕੀਤੀਆਂ ਜਾ ਚੁੱਕੀਆਂ ਨੇ ਵਿਜੀਲੈਂਸ ਨੇ ਇਸ ਕੇਸ ਵਿੱਚ ਆਪਣੀ ক্লোਜ਼ਰ ਰਿਪੋਰਟ ਫਾਈਲ ਕਰਕੇ ਸੀਐਮ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਰੋਪੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਅਤੇ ਹੁਣ ਸਾਬਕਾ ਡੀਜੀਪੀ ਦੀ ਅਰਜ਼ੀ ਵੀ ਰੱਦ ਕਰਕੇ ਸੀਐਮ ਅਮਰਿੰਦਰ ਸਿੰਘ ਸਮੇਤ ਸਾਰੇ ਆਰੋਪੀਆਂ ਨੂੰ ਰਾਹਤ ਮਿਲ ਗਈ ਹੈ ਹੁਣ ਅਗਲੀ ਤਾਰੀਖ 28 ਮਾਰਚ ਹੈ ਸੈਨੀ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਹੁਣ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਉਣਗੇ ਬਿਊਰੋ ਰਿਪੋਰਟ ਲੁਧਿਆਣਾ ਵਿਊ